अलैकुम मेरे सारे भरावां नूं और मेरे सारे दोस्तों नूं अल्लाह पाक तुहानूं आबाद रखे खुश रखे जिथे भी जे अल्लाह पाक पढ़ते रहमतां करे। ते जनाब वट्सएप दे उत्ते कुछ दोस्त जिहड़े ने मैनूं कह रहे सी कि जी बाबा जी तुहाडी वीडियो शीडियो नहीं आ रही, ते जनाब वीडियो शीडियो दे बारे च फिर मैं तुहानूं दसना जरूरी समझिया क्योंकि तुसीं मेरे वीर जे भरा जे ਤੁਹਾਨੂੰ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮਗਨ ਵਾਲ ਨਾਲ ਕੀ ਹੋਇਆ। ਇਹ ਮੇਰੇ ਸੋਹਣੇ ਵੀਰੋ, ਮੇਰੇ ਬਾਰਿਸ਼ ਇਹ ਬਾਰਿਸ਼ਾਂ ਜਿਹੜੀਆਂ ਪਈਆਂ ਨੇ, ਬਾਰਿਸ਼ਾਂ ਦੀ ਵਜ੍ਹਾ ਨਾਲ ਜਿਹੜਾ ਉਹ ਮੇਰੇ ਸਿਸਟਮ ਸਾਰੇ ਖਰਾਬ ਹੋ ਗਏ ਨੇ, ਪਾਣੀ ਨਾਲ ਭਿੱਜ ਗਏ ਨੇ। ਮੈਂ ਤੁਹਾਨੂੰ ਦਿਖਾਉਣਾ ਵੀ ਹਾਂ ਅਤੇ ਬਸ ਇਸ ਵਾਸਤੇ ਜਿਹੜਾ ਹੈਗਾ ਔਰ ਫਿਰ ਕੁਛ ਹਾਲਾਤ ਵੀ ਕੁਛ ਐਸੇ ਸੀ। ਅਤੇ ਜਨਾਬ ਇਹ ਸਿਸਟਮ ਮੇਰੇ ਜਿਹੜੇ ਨਾ ਸਾਰੇ ਅਤੇ ਖਰਾਬ ਹੋ ਗਏ ਨੇ। ਇਹ ਮੈਂ ਤੁਹਾਨੂੰ ਦਿਖਾਉਣਾ, ਇਹ ਦੇਖੋ ਇਹ ਸਾਰੇ ਪਏ ਹੋਏ ਜੇ, ਇਹਨਾਂ ਦੇ ਵਿੱਚ ਸਾਰਾ ਹੀ ਪਾਣੀ ਪੈ ਗਿਆ ਅਤੇ ਇਹ ਹੁਣ ਪਤਾ ਨਹੀਂ ਕੀ ਇਹਨਾਂ ਦਾ ਬਣੇਗਾ। ਪਾਣੀ ਨਾਲ ਭਿੱਜ ਚੁੱਕੇ ਨੇ ਅਤੇ ਕਮਰੇ ਦੇ ਅੰਦਰ ਜਿਹੜਾ ਨਾ ਪਾਣੀ ਬਹੁਤ ਆ ਗਿਆ। ਅਤੇ ਮੈਂ ਇਹ ਕਮਰੇ ਦੇ ਵਿੱਚ ਤਾਂ ਮੈਂ ਲਿਆ ਕੇ ਇੱਧਰ ਰੱਖੇ ਨੇ, ਦੂਸਰਾ ਕਮਰਾ ਵਿਖਾਉਣਾ ਜਿੱਥੇ ਇਹ ਸਿਸਟਮ ਪਿਆ ਸੀ। ਇਹ ਕਮਰਾ ਜਿਹੜਾ ਜੀ, ਇਹ ਅਲਮਾਰੀ ਹੋਈ ਜੀ, ਅਤੇ ਇਹ ਅਲਮਾਰੀ ਦੇ ਵਿੱਚ ਬਿਲਕੁਲ ਬਰਤਨ ਮੈਂ ਰੱਖੇ ਹੋਏ ਨੇ। ਇੱਥੇ ਮੈਂ ਉਹ ਕੰਪਿਊਟਰ ਰੱਖੇ ਹੋਏ ਸੀ ਜਿਹੜੇ ਕਿ ਬਾਰਿਸ਼ ਦੀ ਵਜ੍ਹਾ ਨਾਲ ਜਿਹੜੇ ਨੇ ਉਹ ਸਾਰੇ ਭਿੱਜ ਗਿਆ। ਛੱਤਾਂ ਚੌਣ ਲੱਗ ਪਈਆਂ, ਫਿਰ ਬਾਰਿਸ਼ ਇੰਨੀ ਹੋਈ ਕਿ ਜਿਹੜਾ ਨਾ ਅਸੀਂ ਤਾਂ ਬਹਿ ਕੇ ਰਾਤ ਗੁਜ਼ਾਰੀ ਹੈ। ਇਹ ਦੇਖੋ ਪਾਣੀ ਹਾਲੇ ਵੀ ਜਿਹੜਾ ਇਹਨਾਂ ਦੇ ਉੱਤੇ LCD ਵੀ ਸਾਰੀ ਭਿੱਜ ਗਈ ਪਾਣੀ ਦੀ। ਅਤੇ ਇਹ ਦੇਖੋ ਅਤੇ ਜਨਾਬ ਤਾਂ ਪਰ ਜਿਹੜਾ ਨਾ ਮੇਰੇ ਕੋਲ ਤਾਂ ਇੰਨੀ ਗੁੰਜਾਇਸ਼ ਵੀ ਨਹੀਂ ਹੈ ਕਿ ਛੱਤਾਂ ਹੀ ਲਿੰਬ ਲਵਾਂ। ਅਤੇ ਦਿਖਾ ਤੁਹਾਨੂੰ ਤਾਂ ਰਿਹਾ ਕਿ ਚਲੋ ਕਮ ਸੇ ਕਮ ਤੁਹਾਨੂੰ ਪਤਾ ਤਾਂ ਲੱਗ ਜਾਵੇ ਕਿ ਬਾਬੇ ਨਵਾਜ਼ ਜਿਹੜਾ ਹੈਗਾ ਉਹ ਕਿੰਨਾ ਕੁ ਅਮੀਰ ਹੈ। ਅਤੇ ਜਨਾਬ ਮੈਂ ਤਾਂ ਸਾਰੀ ਰਾਤ ਬੱਚਿਆਂ ਦੇ ਨਾਲ ਬੈਠਾ ਰਿਹਾ। ਇਹ ਸਾਰਾ ਕਮਰਾ ਇਹ ਕੋਈ ਫਰਸ਼ ਨਹੀਂ ਧੋਤਾ, ਇਹ ਸਿਰਫ ਬਾਰਿਸ਼ ਦੀ ਤਬਾਹੀ ਹੈ। ਇਹ ਦੇਖੋ ਮੈਂ ਛਾਬਾ ਉੱਤੇ ਰੱਖ ਦਿੱਤਾ, ਮੈਂ ਕਿਹਾ ਚਲੋ ਪਾਣੀ ਜਿਹੜਾ ਉਹ ਮਗਰ ਇਹ ਵੀ ਸਾਰੀ ਅਲਮਾਰੀ ਵੀ ਜਿਹੜੀ ਹੈ ਮੈਂ ਸਾਰੀ ਗਿੱਲੀ ਹੋ ਗਈ। ਅਤੇ ਇੱਕ ਸਿਸਟਮ ਹੈ ਪਿਆ, ਇਹ ਵੀ ਸਾਰਾ ਪਾਣੀ ਦਾ ਭਿੱਜ ਗਿਆ। ਅਤੇ ਇਹ ਚੀਜ਼ਾਂ ਹੈਗੀਆਂ ਸੀ, ਟਰਾਈਪੋਡ ਵਗੈਰਾ ਹੈਗਾ ਸੀ, ਇਹ ਵੀ ਭਿੱਜ ਗਿਆ। ਯਾਨੀ ਕਿ ਇਹ ਹੈਗਾ ਕਿ ਸਾਰਾ ਕੁਛ ਜਿਹੜਾ ਨਾ ਉਹ ਤਬਾਹੀ ਕਰ ਦਿੱਤੀ। ਅਤੇ ਜਨਾਬ ਮੈਂ ਬਸ ਅੱਲਾਹ ਦੇ ਕੰਮ ਨੇ, ਅਤੇ ਦੁਆ ਕਰੋ ਅੱਲਾਹ ਪਾਕ ਮੇਰੀ ਮਦਦ ਕਰੇ ਅਤੇ ਇਨਸ਼ਾ ਅੱਲਾਹ ਤਾਲਾ ਫਿਰ ਤੁਹਾਡੀ ਖਿਦਮਤ ਦੇ ਵਿੱਚ ਜਨਾਬ ਹਾਜ਼ਰ ਹੋਵਾਂਗਾ ਜੇ ਜ਼ਿੰਦਗੀ ਰਹੀ ਤਾਂ। ਬਾਕੀ ਮੇਰਾ ਇਹਦੇ ਵਿੱਚ ਕੋਈ ਜਨਾਬ ਕਸੂਰ ਨਹੀਂ, ਬਸ ਬਸ ਦੁਆ ਕਰਿਆ ਜੇ ਮੇਰੇ ਬਾਰੇ 'ਚ ਵੀ ਕਿ ਅੱਲਾਹ ਪਾਕ ਮੇਰੀ ਮਦਦ ਕਰੇ। ਅਤੇ ਜਨਾਬ ਇਜਾਜ਼ਤ ਚਾਹੁੰਦਾ, ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਜੀ ਲਾਈਕ ਕਰੋ, ਲਾਈਕ ਨਾ ਹੀ ਕਰੋ, ਸਬਸਕ੍ਰਾਈਬ ਵੀ ਨਾ ਕਰੋ, ਕਿਉਂਕਿ ਹੁਣ ਤਾਂ ਮੇਰਾ ਉਹ ਜਿਹੜੀ ਕਿਸ਼ਤੀ ਡੁੱਬ ਰਹੀ ਹੈ ਜਾਂ ਡੁੱਬ ਗਈ ਹੈ। ਨਾ ਉਮੀਦੀ ਵੀ ਗੁਨਾਹ, ਅੱਲਾਹ ਪਾਕ ਮੈਨੂੰ ਮਾਫ਼ ਕਰੇ ਔਰ ਮੇਰੇ ਵਾਸਤੇ ਬਿਹਤਰ ਜਿਹੜਾ ਉਹ ਜੋ ਹੈ ਮੇਰੀ ਫੈਸਲਾ ਮੇਰਾ ਮਾਲਕ ਮੇਰੇ ਵਾਸਤੇ ਕਰੇ।
जनाब तुसीं क्योंकि मेरे वीर जे दोस्त जे कईयां नाल मेरा बहुत कईयां नाल की सारे नाल मेरा बहुत प्यार है मेरे दिल दे बहुत करीब जे ते बस सारे वास्ते सारिया दे अगे हाथ जोड़ के जनाब बाबे नवाज दी अपील है कि मेरे वास्ते दुआ करो कि अल्लाह पाक मेरी मदद करे। लो जनाब दुआवां च याद रख्या जे जिंदगी रही तो मुलाकात होगी। इजाजत चाहना जनाब अल्लाह निगहबान जनाब वो गल बुरी लगी हो बाबे नवाज नूं माफ़ कर दिया जे माफ़ी का अल्लाह।